ਦਾਸ ਪਾਤਸ਼ਾਹ ਜੀ ਮਾਜ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਅੰਗ 122 ਉੱਪਰ ਇਹ ਮੁਬਾਰਕ ਸ਼ਬਦ ਸੁਭਾਈ ਮਾਨਗਨ ਜਿਨ੍ਹਾਂ ਸ਼ਬਦਾਂ ਦੇ ਅੰਦਰ ਸਤਿਗੁਰੂ ਜੀ ਫਰਮਾਉਂਦੇ ਨੇ ਤੇਰੇ ਭਗਤ ਸੋਹੈ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ हे प्रभु तेरी भक्ति करने वाले बंदे तेरे सदा स्थिर रहने वाले दरबार में शोभा पांदे ने जेडे तेरे परमात्मा वैगुरु जी चरणां दे विच जुड़े ने ओन्ना दा लोक ते परलोक दोन्ने सवर जांदा क सतगुरु गुरुदेव महाराज जी दे ਧੰਨ ਗੁਰੂ ਅਮਰਜੰ ਦੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਨੇ ਕਿ ਜਿੰਨਾ ਜਿੰਨਾ ਪੁਰਖਾਂ ਨੇ ਜਿੰਨਾ ਜਿੰਨਾ ਮਹਾਤਮਾ ਨੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ ਕੈ ਭਗਤੀ ਕੀਤੀ ਬੰਦਗੀ ਕੀਤੀ ਉਹਨਾਂ ਦਾ ਜੀਵਨ ਜਿਹੜਾ ਹੈ ਕਿਵੇਂ ਇੱਕ ਜਿਹਨੂੰ ਆਖੇ ਕਿ ਜਿਵੇਂ ਪਰਮੇਸ਼ਵਰ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਜਿਹੜੇ ਉੱਚੇ ਨੇ ਜਿੰਨੀ ਸਤਕਾਰਤ ਹਸਤੀ ਨੇ ਉਤਨੇ ਹੀ ਉਹਨਾਂ ਨੂੰ ਪੂਜਣ ਵਾਲੇ ਮੰਨਣ ਵਾਲੇ ਬਣ ਜਾਂਦੇ ਨੇ ਸਤਿਗੁਰ ਗੁਰਦੇਵ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਫਰਮਾਇਆ ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀਪਰੋ ਹੋਇਓ ਲਾਕੀਨਾ ਸਤਿਗੁਰ ਗੁਰਵਰਜਨ ਦੇ ਪਾਤਸ਼ਾਹ ਜੀ ਨੇ ਇਥੇ ਉਹਨਾਂ ਭਗਤਾਂ ਦਾ ਜ਼ਿਕਰ ਕੀਤਾ ਉਹਨਾਂ ਭਗਤਾਂ ਦੇ ਬਾਬਤ ਸਾਨੂੰ ਦੱਸਣਾ ਕੀਤਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਇਹ ਪਰਮਾਤਮਾ ਦੀ ਭਗਤੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਤੇ ਤੇਰੀ ਭਗਤ ਨਾ ਛੱਡੂੰ ਭਾਵੇਂ ਲੋਕ ਹੱਸਾਏ ਕਿ ਕੇ ਪ੍ਰਭੂ ਪਰਮਾਤਮਾ ਮੈਂ ਤੇਰੀ ਭਗਤੀ ਤੇ ਤੇਰੀ ਬੰਦਗੀ ਨਹੀਂ ਛੱਡਦਾ ਭਾਵੇਂ ਲੋਕ ਹੱਸਦੇ ਨੇ ਤਾਂ ਹੱਸੇ ਜਾ ਲੋਕ ਕਨਿੰਦੇ ਬਾਪੜੇ ਜੇ ਮਨ ਨਾਹੀਂ ਗਿਆਨ ਭਾਈ ਲੋਕਾਂ ਦਾ ਕੰਮ ਕੀ ਏਕ ਹੈ ਪਰ ਬਾਬਾ ਕਬੀਰ ਜੀ ਨੇ ਆਖਿਆ ਕਿ ਇਹ ਦਾਤਾਰ ਕੇ ਅਕਾਲ ਪੁਰਖ ਵਾਹਿਗੁਰਜੀਓ ਮੈਂ ਤੇਰੇ ਘਰ ਨੂੰ ਮੈਂ ਤੇਰੇ ਦਰ ਨੂੰ ਛੱਡ ਕੇ ਕਦੀ ਨਹੀਂ ਜਾਵਾਂਗਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗੱਲੇ ਸੁਣ ਬੇਨਤੀ ਮੇਰੀ ਹੋਮ ਵਾਰੀ ਮੁਖ ਫੇਰ ਪਿਆਰੇ ਕਰਵਤ ਦੇ ਮੋਕੋ ਕਾਹੇ ਕੋ ਮਾਰੇ ਸਤਗੁਰ ਜੀ ਆਖਦੇ ਕੰਨ ਸੁਥ ਅਪਰਾਧ ਕਰਤ ਹੈ ਜੀਤੇ ਜੰਨੀ ਚੀਤ ਨਾ ਰਾਕਸ ਤੇਤੇ ਰਮਈਆ ਕੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਇਹ ਦੋਨੇ ਸ਼ਬਦ ਭਗਤ ਕਬੀਰ ਜੀ ਨੇ ਜੀਦੇ ਨੇ ਤੇ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਇਹ ਪ੍ਰਭੂ ਪਰਮਾਤਮਾ ਕਿਰਪਾ ਦੇ ਘਰ ਅੰਦਰ ਆ ਤੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈ ਕਿਰਪਾ ਦੇ ਘਰ ਅੰਦਰ ਆ ਕੇ ਸਹਿਬ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਕਿ ਸਾਨੂੰ ਆਪਣੇ ਚਰਨਾਂ ਦੇ ਵਿੱਚ ਗੰਢ ਲੈ ਤੇ ਉਥੇ ਸਹਿਬ ਗੁਰਦੇਵ ਪਾਤਸ਼ਾਹ ਜੀ ਦੀ ਬਾਣੀ ਆਖਦੀ ਹੈ ਕਿ ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀਪਰੋ ਖਯੋ ਲਾਖੀ ਨਾ ਧੰ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਸਾ ਕੀ ਵਾਰ ਦੇ ਅੰਦਰ ਫਰਮਾਉਂਦੇ ਨੇ ਸਾਹਿਬ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਕਿ ਭਗਤ ਤੇਰੇ ਮਨ ਭਾਮ ਦੇ ਦਰ ਸੋਹਨ ਕੀਰਤ ਗਾਮ ਦੇ ਹੇ ਮੇਰੇ ਵਾਹਿਗੁਰੂ ਅਕਾਲ ਪੁਰਖ ਜਿਉ ਤੇਰੀ ਬੰਦਗੀ ਕਰਨ ਵਾਲੇ ਤੇਰੇ ਦਰ ਦੇ ਉੱਤੇ ਬੈਠ ਕੇ ਦਰ ਦੇ ਉੱਤੇ ਬੈਠਣ ਤੋਂ ਭਾਵ ਕਿ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਪਰਮਾਤਮਾ ਤੇਰੇ ਚਰਨਾਂ ਦਾ ਓਟ ਆਸਰਾ ਹੈ ਉਹ ਕਿਸੇ ਹੋਰ ਦੇ ਵੱਲ ਆਪਣੇ ਅੰਦਰ ਦੇ ਰੂਹ ਨੂੰ ਅੰਦਰ ਦੇ ਤਿਆਰ ਨੂੰ ਥੜਕਾਉਂਦੀ ਨਕੀ ਜਿਵੇਂ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ ਕਿਉਂ ਨਾ ਮਰੀਜੇ ਰੁਏ ਜਾਂ ਲਗ ਚੇਤਨਾ ਆਬਈ ਕਿ ਹੇ ਮੇਰੇ ਦਾਤਾਰ ਜੀਓ ਕਿਸੇ ਦਾ ਆਸਰਾ ਤੈਕ ਹੋਵੇਗੀ ਕਿਸੇ ਦਾ ਆਸਰਾ ਪੁੱਤ ਹੋਵੇਗਾ ਕਿਸੇ ਦਾ ਆਸਰਾ ਦੌਲਤ ਹੋਵੇਗੀ ਪਰ ਮੇਰਾ ਆਸਰਾ ਕੇਵਲ ਤੇ ਕੇਵਲ ਤੇਰੇ ਚਰਨ ਨੇ ਤੇ ਜੇ ਉਹ ਚਰਨ ਵੀ ਵਿਸਰ ਜਾਣ ਤੇ ਕਿਉਂ ਨਾ ਮੈਂ ਰੋ ਰੋ ਕੇ ਮਰ ਜਾਵਾਂ ਕਹਿਣ ਤੋਂ ਮੁਰਾਦ ਜਿਹੜੇ ਪ੍ਰਭੂ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਦੇ ਕੋ ਜਾਂਦੇ ਨੇ ਉਹਨਾਂ ਨੂੰ ਕੇਵਲ ਤੇ ਕੇਵਲ ਪ੍ਰਭੂ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਕੇ ਸਾਹਿਬ ਜੀ ਆਖਦੇ ਨੇ ਆਠ ਦਾਮ ਕੋ ਛਿਪਰ ਹੋਇਓ ਲਖੀਨਾ ਕਿ ਅੱਧੀ ਕੋਡੀ ਦਾ ਜਿਹੜਾ ਭਗਤ ਛੀਂਬਾ ਕਹਿ ਭਾਵ ਭਗਤ ਨਾਮਦੇਵ ਜੀ ਨੇ ਉਹ ਪਰਮਾਤਮਾ ਦੇ ਨਾਮ ਨੂੰ ਜਪ ਕੇ ਲਖਾਂ ਦੇਕ ਹੋ ਗਏ ਸਤਿਗੁਰ ਗੁਰਦੇਵ ਮਹਾਰਾਜ ਜੀ ਇੱਥੇ ਇਹ ਫਰਮਾਉਂਦੇ ਨੇ ਕਿ ਜਿੰਨਾ ਜਿੰਨਾ ਨੇ ਪਰਮਾਤਮਾ ਦੀ ਭਗਤੀ ਕੀਤੀ ਸਾਹਿਬ ਗੁਰਦੇਵ ਮਹਾਰਾਜ ਜੀ ਦੇ ਜਾਪ ਨੂੰ ਜਪਿਆ ਤੇ ਸਤਿਗੁਰ ਜੀ ਆਖਦੇ ਨੇ ਕਿ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਉਹ ਚੌਕਟ ਮਾਨੇ ਤੇ ਦੇਖੋ ਕਿੰਦੀ ਕਮਾਲ ਦੀ ਗੱਲ ਹੈ ਜਿਹੜੇ ਪਰਮਾਤਮਾ ਵੈਗੁਰ ਜੀ ਦੇ ਨਾਮ ਨੂੰ ਦਬਾਉਣ ਵਾਲੇ ਸਨ ਜਿਨ੍ਹਾਂ ਨੇ ਇਹ ਯਤਨ ਕੀਤਾ ਕਿ ਇਹ ਲੋਕ ਜਿਹੜੇ ਨੇ ਇਹ ਨੀਵੀਂ ਜਾਤ ਦੇ ਨੇ ਇਹਨਾਂ ਨੂੰ ਪਰਮਾਤਮਾ ਦਾ ਨਾਮ ਦਾ ਜਪਨ ਦਾ ਕੋਈ ਅਧਿਕਾਰ ਨਹੀਂ ਭਾਵ ਇਹ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦੇ ਉਹਨਾਂ ਤਿੰਨਾਂ ਵਰਗਾਂ ਨੇ ਯਤਨ ਕੀਤਾ ਕਿ ਇਸ ਵਰਗ ਦੇ ਲੋਕਾਂ ਨੂੰ ਇਹ ਪਰਮਾਤਮਾ ਦੀ ਭਗਤੀ ਦੇ ਨਾਲੋ ਤੋੜਿਆ ਜਾਵੇ ਪਰ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਜਿਨ੍ਹਾਂ ਨੇ ਇਹ ਯਤਨ ਲਾਏ ਜਿਨ੍ਹਾਂ ਨੇ ਇਹ ਪ੍ਰਯਤਨ ਕੀਤੇ ਕਿ ਭਗਤ ਨਾਮਦੇਵ ਜੀ ਵਰਗਿਆਂ ਨੂੰ ਖਤਮ ਕਰ ਦਿੱਤਾ ਜਾਵੇ ਭਗਤ ਕਬੀਰ ਜੀ ਵਰਗਿਆਂ ਨੂੰ ਮੁਕਾਹ ਦਿੱਤਾ ਜਾਵੇ ਭਗਤ ਰਵਦਾਸ ਜੀ ਵਰਗਿਆਂ ਨੂੰ ਨਾਸ਼ ਕਰ ਦਿੱਤਾ ਜਾਵੇ ਅੱਜ ਉਹਨਾਂ ਦੇ ਨਾਮ ਨੂੰ ਕੋਈ ਨਹੀਂ ਜਾਣਦਾ ਤੇ ਅੱਜ ਬੰਦਗੀ ਕਰਨ ਵਾਲਿਆਂ ਦੇ ਘਰਾਂ ਦੇ ਅੰਦਰ ਦੇਖੋ ਲੋਕ ਸਜਦੇ ਪਏ ਕਰਦੇ ਨੇ ਲੋਕ ਸਜਦੇ ਕਰਦੇ ਨੇ ਲੋਕ ਝੁਕਦੇ ਨੇ ਅਰਦਾਸਾਂ ਪਏ ਕਰਦੇ ਨੇ ਭਗਤ ਫਰੀਦ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸ਼ਾਮਲ ਹੈ ਦਰਜ ਹੈ ਜਿਨ੍ਹਾਂ ਦੀ ਬਾਣੀ ਆਖਦੀ ਹੈ ਫਰੀਦਾ ਬੇਨਵਾਜਾ ਕੁੱਤਿਆ ਇਹ ਨ ਭਲੀ ਰੀਤ ਕਬਹੁ ਚਲਣਾ ਆਇਆ ਪੰਜੇ ਵਖਤ ਮਸੀਤ ਕਹਿਣ ਤੋਂ ਭਾਵ ਉਹ ਆਪਣੇ ਮਨ ਨੂੰ ਆਖਦੇ ਨੇ ਕਿ ਇਹ ਮਨ ਤੂੰ ਦੁਨੀਆਂ ਦੇ ਵੱਲੋਂ ਗافل ਹੋ ਜਾਵੀ ਪਰ ਪਰਮਾਤਮਾ ਵਾਹਿਗੁਰੂ ਜੀ ਦੇ ਜਦੋਂ ਨਾਮ ਦੀ ਘੜੀ ਆਵੇ ਤੂੰ ਉਹਦੇ ਵੱਲੋਂ ਗافل ਨਾ ਕੋਈ ਪਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੰਭਾਲ ਕਰੀ ਬਾਬਾ ਫਰੀਦ ਜੀ ਦੇ ਜੀਵਨ ਦੀ ਬੜੀ ਪਿਆਰੀ ਘਟਨਾ ਹੈ ਬਾਬਾ ਫਰੀਦ ਜੀ ਨੂੰ ਇੱਕ ਨੌਜਵਾਨ ਅਕਸਰ ਮਿਲਣ ਆਇਆ ਕਰਦਾ ਸੀ ਤੇ ਫਕੀਰ ਨੇ ਬੰਦਗੀ ਕਰਨ ਵਾਲੇ ਨੇ ਦਰवेश ਸਨ ਬਾਬਾ ਫਰੀਦ ਜੀ ਆਪਣੀ ਮਨ ਦੀ ਮੌਜ ਦੇ ਵਿੱਚ ਆਏ ਤੇ ਮਨ ਦੀ ਮੌਜ ਦੇ ਵਿੱਚ ਆ ਕੇ ਉਸ ਨੌਜਵਾਨ ਨੂੰ ਪੁੱਛਦੇ ਨੇ ਪੁੱਤਰ ਸੇਵਕ ਬਣੇਗਾ ਕਿ ਮਾਲਕ ਬਣੇਗਾ ਜਦੋਂ ਇਹ ਸ਼ਬਦ ਆਖੇ ਤੇ ਉਸ ਨੌਜਵਾਨ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਆਖਦਾ ਜੀ ਜੇ ਆਪ ਜੀ ਇਜਾਜ਼ਤ ਦਿਓ ਤੇ ਮੈਂ ਆਪਣੀ ਮਾਂ ਦੇ ਕੋਲੋਂ ਪੁੱਛ ਆਂ ਮੈਂ ਕੀ ਬਣਾ ਤੇ ਉਸ ਵਕਤ ਬਾਬਾ ਫਰੀਦ ਜੀ ਨੇ ਆਖਿਆ ਜਰੂਰ ਪੁੱਤਰ ਜਾਓ ਜਿਵੇਂ ਤੁਹਾਡੀ ਮਾਂ ਆਖੇ ਉਹਦਾ ਕਰ ਲਿਓ ਜਦੋਂ ਬਾਬਾ ਫਰੀਦ ਜੀ ਦੇ ਦਰ ਤੋਂ ਬਾਹਰ ਨਿਕਲਿਆ ਆਪਣੇ ਘਰ ਵੱਲ ਜਾਂਦਾ ਹੈ ਤੇ ਬਾਬਾ ਫਰੀਦ ਜੀ ਦੇ ਦਰ ਦੇ ਬਾਹਰ ਕੀ ਉਹਨਾਂ ਦਾ ਇੱਕ ਸੇਵਕ ਬੈਠਾ ਹੈ ਜਦੋਂ ਉਹਨਾਂ ਦੇ ਕੋਲੋਂ ਦੀ ਗੁਜ਼ਰਨ ਲੱਗਾ ਤੇ ਉਸ ਸੇਵਕ ਨੇ ਪੁੱਛਿਆ ਪੁੱਤਰ ਮਾਲਕ ਬਣੇਗਾ ਕਿ ਸੇਵਕ ਬਣੇਗਾ ਉਹ ਬੜਾ ਹੈਰਾਨ ਹੋਇਆ ਕਿ ਇਹ ਤੇ ਬਾਬਾ ਫਰੀਦ ਜੀ ਤੇ ਮੇਰੇ ਅੰਦਰ ਦੀ ਗੱਲ ਹੈ ਤੇ ਰਾਜ ਦੀ ਗੱਲ ਹੈ ਭੇਦ ਦੀ ਗੱਲ ਹੈ ਤੇ ਜਦੋਂ ਬਾਬਾ ਫਰੀਦ ਜੀ ਨੇ ਬਚਨ ਆਖੇ ਸਨ ਉਸ ਵਕਤ ਸਾਡੇ ਦੋਨਾਂ ਤੋਂ ਇਲਾਵਾ ਕੋਰ ਕੋਈ ਹੈ ਹੀ ਨਹੀਂ ਸੀ ਪਰ ਇਹਨਾਂ ਨੂੰ ਕਿਵੇਂ ਸਮਝ ਲੱਗੀ ਉਹਨੇ ਬੜੇ ਪਿਆਰ ਨਾਲ ਅਦਬ ਦੇ ਨਾਲ ਆਖਿਆ ਕਿ ਜੇ ਤੁਹਾਨੂੰ ਪਤਾ ਹੈ ਤੇ ਤੁਸੀਂ ਹੁਕਮ ਕਰੋ ਕਹ ਲੱਗੇ ਨਹੀਂ ਨਹੀਂ ਜਾਓ ਆਪਣੀ ਮਾਂ ਦੇ ਕੋਲ ਜਾਓ ਤੇ ਜਿਵੇਂ ਤੁਹਾਡੀ ਮਾਂ ਆਖੇ ਨਾ ਤੇ ਉਸ ਮਾਂ ਜਿਵੇਂ ਆਖੇਗੀ ਉਦਾਂ ਹੀ ਤੁਸੀਂ ਕਰ ਲੈਣਾ ਹਾਂ ਜੇ ਮਾਂ ਨਾ ਆਖੇ ਤੇ ਫਿਰ ਤੁਸੀਂ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਦੱਸਾਂਗਾ ਤੁਹਾਨੂੰ ਕੀ ਬਣਨਾ ਚਾਹੀਦਾ ਹੈ ਉਹ ਨੌਜਵਾਨ ਘਰ ਗਿਆ ਮਾਂ ਦੇ ਅੱਗੇ ਹੱਥ ਜੋੜੇ ਤੇ ਮਾਂ ਨੂੰ ਆਖਿਆ ਮਾਂ ਅੱਜ ਬਾਬਾ ਫਰੀਦ ਜੀ ਮੌਜ ਦੇ ਵਿੱਚ ਆਏ ਸਨ ਤੇ ਮੌਜ ਦੇ ਵਿੱਚ ਆ ਕੇ ਆਖਿਆ ਕਿ ਪੁੱਤਰ ਮਾਲਕ ਬਣੋਗੇ ਕਿ ਸੇਵਕ ਬਣੋਗੇ ਨਾਲ ਹੀ ਦੱਸਿਆ ਮਾਂ ਰਸਤੇ ਦੇ ਵਿੱਚ ਬਾਬਾ ਫਰੀਦ ਜੀ ਦੇ ਦਰ ਦੇ ਉੱਤੇ ਇੱਕ ਸ਼ਖਸ ਬੈਠਾ ਸੀ ਉਸ ਸ਼ਖਸ ਨੇ ਮੇਰੇ ਅੰਦਰ ਦੀ ਗੱਲ ਨੂੰ ਬੁੱਝ ਲਿਆ ਅੰਦਰ ਦੀ ਗੱਲ ਨੂੰ ਜਾਣ ਲਿਆ ਤੇ ਮਾਂ ਬੜੀ ਸਿਆਣੀ ਸੀ ਤੇ ਮਾਂ ਨੇ ਆਖਿਆ ਪੁੱਤਰ ਜਿਹੜਾ ਤੇਰਾ ਮਨ ਦੀ ਗੱਲ ਬੁੱਝ ਗਿਆ ਹੈ ਨਾ ਤੇ ਜਾ ਉਹਦੇ ਕੋਲੇ ਜਾ ਉਹੀ ਤੈਨੂੰ ਦੱਸੇਗਾ ਕਿ ਤੈਨੂੰ ਕੀ ਬਣਨਾ ਚਾਹੀਦਾ ਹੈ ਉਹ ਨੌਜਵਾਨ ਉਸ ਵਕਤ ਉਸ ਬਜ਼ੁਰਗ ਦੇ ਕੋਲ ਆਉਂਦਾ ਹੈ ਹੱਥ ਜੋੜਦਾ ਕੇ ਆਖਦਾ ਹੈ ਮਾਂ ਨੇ ਤੁਹਾਡੇ ਕੋਲ ਭੇਜਿਆ ਹੈ ਤੇ ਆਖਿਆ ਬਜ਼ੁਰਗ ਹੀ ਦੱਸਣਗੇ ਜਿਹੜੇ ਦਿਲਾਂ ਦੀਆਂ ਜਾਣਨ ਵਾਲੇ ਨੇ ਉਹੀ ਦੱਸ ਸਕਦੇ ਨੇ ਕਿ ਮੈਨੂੰ ਕੀ ਬਣਨਾ ਚਾਹੀਦਾ ਹੈ ਤੇ ਉਹਨਾਂ ਨੇ ਬੜੇ ਪਿਆਰੇ ਬਚਨ ਆਖੇ ਕਹਿਣ ਲੱਗੇ ਪੁੱਤਰ ਸੇਵਕ ਬਣੀ ਮਾਲਕ ਨਾ ਬਣੀ ਪੁੱਤਰ ਬੜਾ ਹੈਰਾਨ ਹੋਇਆ ਨੌਜਵਾਨ ਬੜਾ ਹੈਰਾਨ ਹੋ ਕੇ ਪੁੱਛਦਾ ਹੈ ਕਿ ਕਿ ਬਜ਼ੁਰਗੋ ਇਸ ਇਹ ਕਿਵੇਂ ਹੋ ਸਕਦਾ ਹੈ ਕਿ ਕਿਵੇਂ ਤੁਸੀਂ ਆਖਦੇ ਹੋ ਕਿ ਸੇਵਕ ਬਣੀ ਮਾਲਕ ਕਿਉਂ ਨਾ ਬਣੀ ਤੇ ਜਵਾਬ ਦਿੱਤਾ ਬੜਾ ਪਿਆਰਾ ਕਹਿਣ ਲੱਗੇ ਜਿਹੜੇ ਮਾਲਕ ਬਣਦੇ ਨੇ ਇਸ ਧਰਤੀ ਦੇ ਅੰਦਰ ਕਿੰਨੇ ਲੋਕ ਆਏ ਜੋ ਆਪਣੀ ਬਾਦਸ਼ਾਹੀ ਦਾ ਡੰਕਾ ਬਜਾ ਕੇ ਗਏ ਨੇ ਅੱਜ ਉਹਨਾਂ ਦੀਆਂ ਕਬਰਾਂ ਦੇ ਉੱਤੇ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਅੱਜ ਉਹਨਾਂ ਦੇ ਨਾਮ ਨੂੰ ਜਾਣਨ ਵਾਲਾ ਕੋਈ ਨਹੀਂ ਪਰ ਜਿਹੜੇ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਸੇਵਕ ਬਣ ਜਾਂਦੇ ਨੇ ਲੋਕ ਉਹਨਾਂ ਦੇ ਘਰ ਦੇ ਅੰਦਰ ਜਾ ਕੇ ਸਜਦੇ ਕਰਦੇ ਨੇ ਅਰਦਾਸਾਂ ਕਰਦੇ ਨੇ ਮੱਥੇ ਟੇਕਦੇ ਨੇ ਅੱਜ ਉਹਨਾਂ ਦੇ ਘਰਾਂ ਦੇ ਅੰਦਰ ਰੌਣਕਾਂ ਨੇ ਤੇ ਜਿਹੜੇ ਬਾਦਸ਼ਾਹੀ ਦਾ ਗੁਮਾਨ ਲੈ ਕੇ ਇਸ ਸੰਸਾਰ ਦੇ ਵਿੱਚ ਉਹ ਰਵਾਨਾ ਹੋ ਗਏ ਅੱਜ ਉਹਨਾਂ ਨੂੰ ਕੋਈ ਜਾਣਦਾ ਵੀ ਨਹੀਂ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਰਹਿਮਤ ਕਰਨ ਕਿ ਸੇਵਕ ਬਣਨਾ ਬੜਾ ਔਖਾ ਬੜਾ ਹੀ ਔਖਾ ਕਿ ਹਜ਼ੂਰ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ ਕਿ ਆੜ ਦਮ ਕੋ ਛੀਪਰੋ ਕੋਇਓ ਲਖੀਨਾ ਬੁੰਨਣਾ ਤਨਣਾ त्याਕੇ ਪ੍ਰੀਤ ਜਿਹੜੀ ਪ੍ਰੀਤ ਸੀ ਭਗਤ ਕਬੀਰ ਜੀ ਦੀ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਪਹਿ ਗਈ ਅਕਾਲ ਪੁਰਖ ਜੀ ਦੇ ਨਾਲ ਪੈ ਗਈ ਤੇ ਚੇਤਾ ਰਖਿਓ ਹਜ਼ੂਰ ਗੁਰਦੇਵ ਪਾਤਸ਼ਾਹ ਜੀ ਫਰਮਾਰੇ ਨੇ ਕਿ ਹੇ ਮੇਰੇ ਮਾਲਕ ਜੀ ਬੰਦਗੀ ਕਰਨ ਵਾਲੇ ਤੇਰੇ ਦਰ ਦੇ ਉੱਤੇ ਸ਼ੋਭਾ ਪਾਉਂਦੇ ਨੇ ਬੰਦਗੀ ਕਰਨ ਵਾਲੇ ਤੇਰੇ ਘਰ ਅੰਦਰ ਥਾਂ ਹਾਸਲ ਕਰ ਲੈਂਦੇ ਨੇ ਤੇ ਮੇਰੇ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਦੋਂ ਪਰਮਾਤਮਾ ਵਹਿਗੁਰ ਜੀ ਦੀ ਬੰਦਗੀ ਕੀਤੀ ਨਾ ਤੇ ਸਹਿਬ ਗੁਰਦੇਵ ਪਾਤਸ਼ਾਹ ਜੀ ਆਖਦੇ ਬੋਨਣਾ ਤਨ ਨਾ ਤਿਆ ਕੇ ਪ੍ਰੀਤ ਚਰਨ ਕਬੀਰਾ ਚਰਨ ਕਬੀਰਾ ਭਾਵ ਬਾਬਾ ਕਬੀਰ ਜੀ ਦੀ ਜਿਹੜੀ ਪ੍ਰੀਤ ਹੈ ਉਹ ਪਰਮਾਤਮਾ ਦੇ ਨਾਮ ਦੇ ਨਾਲ ਪੈ ਗਈ ਤੇ ਸਾਹਿਬ ਗੁਰੂਦੇਵ ਪਾਤਸ਼ਾਹ ਜੀ ਆਖਦੇ ਨੇ ਕਿ ਇਹਨਾਂ ਪੁਰਖਾਂ ਨੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਦੇ ਘਰ ਅੰਦਰ ਆਪਣੀ ਥਾਂ ਜਿਹੜੀ ਹੈ ਉਹ ਪੱਕੀ ਕਰ ਲਈ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਸਤਿਗੁਰ ਗੁਰਦੇਵ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਦੁਨੀਆਂ ਦੇ ਵਿੱਚ ਹਰ ਚੀਜ਼ ਸੁਖਾਲੀ ਹੋ ਸਕਦੀ ਹੈ ਪਰ ਪਰਮਾਤਮਾ ਵੈਗੁਰਜੀ ਦਾ ਨਾਮ ਜਪਣਾ ਕੋਈ ਸੌਖਾ ਨਹੀਂ ਸਾਹਿਬ ਗੁਰਦੇਵ ਮਹਾਰਾਜ ਜੀ ਦੇ ਬਚਨ ਨੇ ਆਖਣ ਔਖਾ ਸਾਚਾ ਨਾਮ ਬੜਾ ਔਖਾ ਹੈ ਪਰਮਾਤਮਾ ਦੇ ਨਾਮ ਨੂੰ ਜਪਣਾ ਹਜ਼ੂਰ ਗੁਰਦੇਵ ਪਾਤਸ਼ਾਹ ਜੀ ਦੇ ਜਦੋਂ ਬਚਨ ਪੜ੍ਹ ਗਏ ਗੁਰੂ ਅਰਜਨ ਦੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਇਸ ਸੰਸਾਰ ਦੇ ਅੰਦਰ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਦੌਲਤ ਦੇ ਵਟੇ ਨਹੀਂ ਮਿਲਦਾ ਜੇ ਅਸੀਂ ਆਖੀਏ ਕਿ ਪਰਮਾਤਮਾ ਦਾ ਨਾਮ ਦੌਲਤ ਦੇ ਵਟੇ ਮਿਲ ਜਾਂਦਾ ਹੈ ਤੇ ਹਜ਼ੂਰ ਦੀ ਬਾਣੀ ਪੜੋ ਮੇਰੇ ਸਤਿਗੁਰੂ ਜੀ ਆਖਦੇ ਨੇ ਭੋਲਿਏ দান ਦੇਣ ਵਾਲੀਏ ਧਰਮ ਦੇ ਵਿੱਚ ਰਹਿਣ ਵਾਲੀਏ ਇਸ ਤਰੀਕੇ ਇੱਕ ਗੱਲ ਚੇਤਾ ਰੱਖੀ ਪਰਮਾਤਮਾ ਕਦੀ ਧਨ ਦੇ ਨਾਲ ਨਹੀਂ ਮਿਲਦਾ ਤੇ ਜਿਸ ਰਾਵਣ ਨੂੰ ਸਾਰੀ ਦੁਨੀਆ ਮਾੜਾ ਪਿਆ ਆਖਦੀ ਹੈ ਧਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉਸ ਰਾਵਣ ਦਾ ਇੱਕ ਚੰਗਾ ਪੱਖ ਰੱਖਿਆ ਚੰਗਾ ਪੱਕ ਕੀ ਸੀ ਭਗਤ ਵਾਹਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਨੇ ਕਿ ਐ ਭੁਲ ਗਏ ਐ দান ਦੇਣ ਵਾਲਗੇ ਇਸ ਤਰੀਕੇ ਦੇਖ ਕਿ ਭਗਤ ਵਾਹਿਗੁਰੂ ਜੀ ਕਿ ਉਹ ਆਖਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿ ਜਿਹੜਾ ਰਾਵਣ ਸੀ ਉਸ ਰਾਵਣ ਦੇ ਕੋਲ ਸੋਨੇ ਦੀ ਲੰਕਾ ਸੀ ਤੇ ਜਿਹੜੀ ਸੋਨੇ ਦੀ ਲੰਕਾ ਸੀ ਨਾ ਤੇ ਉਹਦੇ ਕੋਲੇ ਧਨ ਕਿਤਨਾ ਹੋਵੇਗਾ ਪਰ ਫਿਰ ਵੀ ਉਸ ਨੂੰ ਇਸ ਗੱਲ ਦੀ ਸਮਝ ਸੀ ਕਿ ਜਿਹੜਾ ਪਰਮਾਤਮਕ ਹੈ ਉਹ ਧਨ ਦਿੱਤਿਆਂ ਪ੍ਰਾਪਤ ਨਹੀਂ ਹੁੰਦਾ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਘੁਤੀ 60 ਰਾਵਣ ਹੁਤੇ ਸੋਰੰਕਨ ਜਿਨ ਸਿਰ ਦੀ ਨਹੀਂ ਕਾਟ ਧਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਐ ਭੋਲੀਏ ਉਹ ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਵਾਲਾ ਰਾਵਣ ਜਿਹੜਾ ਉਹ ਕੰਗਾਲ ਨਹੀਂ ਸੀ ਉਹਦੇ ਕੋਲ ਸੋਨੇ ਦੀ ਲੰਕਾ ਸੀ ਪਰ ਉਹਨੂੰ ਸਮਝ ਸੀ ਕਿ ਜੇ ਪਰਮਾਤਮਾ ਦੀ ਖੁਸ਼ੀ ਲੈਣੀ ਹੈ ਤੇ ਉਹ ਪਰਮਾਤਮਾ ਦੀ ਖੁਸ਼ੀ ਜਿਹੜਾ ਹੈ ਧਨ ਦੇ ਕੇ ਨਾ ਕਿ ਉਥੇ ਆਪਾ ਅਰਪਣ ਕਰਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇਹ ਕਹਿ ਰਹੇ ਨੇ ਕਿ ਰਾਵਣ ਨੇ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਜਿਹੜਾ ਆਪਣਾ ਸਿਰ ਹੈ ਉਹ ਸਿਰ ਵੱਢ ਕੇ ਪਰਮਾਤਮਾ ਦੇ ਅੱਗੇ ਰੱਖਿਆ ਸਤਿਗੁਰ ਜੀ ਆਖਦੇ ਨੇ ਕਿ ਪਰਮਾਤਮਾ ਦੀ ਭਗਤੀ ਕੋਈ ਸੌਖੀ ਨਹੀਂ ਹੈ ਭਾਵੇਂ ਕਰ ਸਾਰੇ ਹੀ ਰਹੇ ਨੇ ਹਜ਼ੂਰ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਮਨ ਦੇ ਨਾ ਮਨ ਦੇ RAM ਲਿਆ ਕੇ ਮੋਲ ਮਨ ਵੇਚ ਕੇ ਮਨ ਗੁਰੂ ਦੇ ਅੱਗੇ ਰੱਖ ਕੇ ਤੇ ਫਿਰ ਪਰਮਾਤਮਾ ਦਾ ਨਾਮ ਲਿਤਾ ਕੇ ਫਿਰ ਪ੍ਰਾਪਤ ਹੋਇਆ ਹੈ ਮਨ ਬੇਚੇ ਸਤਗੁਰ ਕੇ ਪਾਸ ਇਸ ਸੇਵਕ ਕੇ ਕਾਰਜਰਾਸ ਸਹਿਬ ਜੀ ਆਖਦੇ ਨੇ ਕਿ ਉਹਨਾਂ ਦਾ ਜੀਵਨ ਜਿਹੜਾ ਕਾ ਗੁਰੂ ਦੀ ਬਾਣੀ ਉਹਨਾਂ ਦਾ ਜੀਵਨ ਨੂੰ ਸਵਾਰ ਦਿੰਦੀ ਹੈ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਾ ਗੁਣੀ ਸਮਾ ਬਣਿਆ ਉਹ ਸਦਾ ਦਿਨ ਅਤੇ ਰਾਤ ਪਰਮਾਤਮਾ ਦੀ ਭਗਤੀ ਦੇ ਅੰਦਰ ਬਤੀਤ ਕਰਦੇ ਨੇ ਦਿਨ ਅਤੇ ਰਾਤ ਪਰਮਾਤਮਾ ਦੀ ਅਰਾਧਨਾ ਕਰਦੇ ਨੇ ਭਗਤੀ ਕਰਦੇ ਨੇ ਤੇ ਭਗਤੀ ਕਰਦਿਆਂ ਕਰਦਿਆਂ ਇੱਕ ਦਿਨ ਪਰਮਾਤਮਾ ਦੇ ਵਿੱਚ ਅਪੇਧ ਹੋ ਜਾਂਦੇ ਨੇ ਜਿਹਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਹੀ ਆਖਦੇ ਨੇ ਹਰ ਕਾ ਸੇਵਕ ਸੋਹ ਹਰ ਜੀਹਾ ਭੇਦ ਨ ਜਾਣੋ ਮਨਸ ਦੇਖਾ ਐ ਦੁਨੀਆ ਦੇ ਲੋਕੋ ਚੇਤਾ ਰੱਖਿਓ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਇੱਕ ਦਿਨ ਪ੍ਰਭੂ ਪਰਮਾਤਮਾ ਦਾ ਰੂਪ ਬਣ ਜਾਂਦੇ ਨੇ ਉਹਨਾਂ ਦੇ ਅੰਦਰ ਕੋਈ ਵੀ ਭੇਦ ਨਾ ਜੇ ਸਮਝਿਓ ਇਹ ਨਾ ਸਮਝਿਓ ਕਿ ਉਹਨਾਂ ਦਾ ਮਨੁੱਖਾ ਸਰੀਰ ਕੈ ਤੇ ਉਹ ਪਰਮਾਤਮਾ ਦਾ ਰੂਪ ਨਕੀ ਹਜੂਰ ਜਿਨੇ ਆਖਿਆ ਸਰੀਰ ਭਾਵੇਂ ਮਨੁੱਖਾ ਦੇਹੀ ਦਾ ਪ੍ਰਾਪਤ ਹੋਇਆ ਕੈ ਪਰ ਉਸ ਮਨੁੱਖਾ ਦੇਹੀ ਦੇ ਵਿੱਚ ਰਹਿੰਦਿਆਂ ਕੋਈਆਂ ਵੀ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ ਬਾਬਾ ਕਬੀਰ ਜੀ ਨੇ ਬੜੇ ਸੋਹਣੇ ਬਚਨ ਆਖੇ ਨੇ ਬਾਬਾ ਕਬੀਰ ਜੀ ਨੇ ਆਖਿਆ ਕਿ ਦਾਤਾਰ ਜੀਓ ਮੇਰੇ ਮਾਲਕ ਜਦੋਂ ਮੈਂ ਤੇਰੀ ਭਗਤੀ ਬੰਦਗੀ ਕਰਨ ਲੱਗਾ ਤੇ ਇਹ ਲੋਕ ਆਸਦੇ ਨੇ ਲੋਕ ਮੈਨੂੰ ਮਖੌਲ ਕਰਦੇ ਨੇ ਲੋਕ ਮੈਨੂੰ ਮਾਰਨ ਤੱਕ ਜਾਂਦੇ ਨੇ ਸਾਹਿਬ ਗੁਰਦੇਵ ਪਾਤਸ਼ਾਹ ਜੀ ਦੇ ਆਪਣੇ ਬਚਨ ਨੇ ਕਿ ਜੇ ਕਰ ਮੇਰੇ ਮਾਲਕ ਜੀ ਤੂੰ ਮੈਨੂੰ ਨੀਵੀਂ ਜਾਤ ਨਾ ਦਿੱਤੀ ਹੁੰਦੀ ਤੇ ਸ਼ਾਇਦ ਹੋ ਸਕਦਾ ਸੀ ਕਿ ਮੈਂ ਵੀ ਇਨ੍ਹਾਂ ਬ੍ਰਾਹਮਣਾਂ ਦੇ ਵਾਂਗ ਹੰਕਾਰੀ ਬਣ ਜਾਂਦਾ ਤੇ ਭਗਤ ਕਬੀਰ ਜੀ ਆਖਦੇ ਨੇ ਕਿ ਬਲਹਾਰੀ ਇਸ ਜਾਤ ਕੋ ਜੈ ਜੱਪਿਓ ਸਿਰਜਣਕਾਰ ਕਿ ਇਹ ਮੈਂ ਆਪਣੀ ਜਾਤ ਤੋਂ ਸਦਕੇ ਜਾਵਾਂ ਜਿਸ ਜਾਤ ਦੇ ਵਿੱਚ ਆ ਕੇ ਵੀ ਮੈਂ ਪ੍ਰਭੂ ਪਰਮਾਤਮਾ ਤੇਰੀ ਭਗਤੀ ਨਹੀਂ ਛੱਡੀ ਇਹ ਸਭ ਤੇਰੀ ਕਿਰਪਾ ਹੈ ਸਹਿਬ ਜੀ ਆਖਦੇ ਨੇ ਕਿ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਸਦਾ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਉਂਦੇ ਨੇ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਨੇ ਹੋਮ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾਵਣਿਆ ਭਾਈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਕਾ ਮੈਂ ਉਹਨਾਂ ਤੋਂ ਸਦਕੇ ਜਾਨਾ ਕਾ ਜੋਂ-ਜੋਂ ਅਸੀਂ ਗੁਰਬਾਣੀ ਪੜ੍ਹਦੇ ਕਾ ਤਿਉਹ ਤੋ ਸਮਝ ਲੱਗਦੀ ਹੈ ਕਿ ਸਤਗੁਰ ਗੁਰਦੇਵ ਮਹਾਰਾਜ ਜੀ ਬੰਦਗੀ ਕਰਨ ਵਾਲਿਆਂ ਦਾ ਐਨਾ ਸਤਕਾਰ ਕਰਦੇ ਨੇ ਐਨਾ ਮਾਣ ਦਿੰਦੇ ਨੇ ਕਿ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ ਮੈਂ ਆਪਾਂ ਕੁਰਬਾਨ ਵੀ ਉਹਨਾਂ ਤੋਂ ਕਰ ਦੇਵਾਂ ਤੇ ਇਹ ਵੀ ਥੋੜਾ ਕ ਹੈ ਇਤਨਾ ਜ਼ਿਆਦਾ ਮਾਣ ਮੇਰੇ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਨੇ ਬੰਦਗੀ ਕਰਨ ਵਾਲਿਆਂ ਦੀ ਝੋਲੀ ਦੇ ਵਿੱਚ ਪਾਇਆ ਕਿ ਹਜ਼ੂਰ ਜੀ ਆਖਦੇ ਨੇ ਹਰ ਜਿਓ ਸਾਚਾ ਉੱਚਾ ਉੱਚਾ ਹੋ ਮੇ ਮਾਰ ਮਿਲਾਵਣਿਆ ਉਹ ਪ੍ਰਭੂ ਪਰਮਾਤਮਾ ਜੋ ਸਦੀਵੀ ਕਾਲ ਦੇ ਲਈ ਸੱਚ ਹੈ ਅਟਲਕ ਹੈ ਜੋ ਸਭ ਤੋਂ ਉੱਚਾ ਹੈ ਜਿਹਨੂੰ ਸਹਿਬ ਦੀ ਬਾਣੀ ਆਖਦੀ ਹੈ ਏ ਵੱਡ ਉੱਚਾ ਕੋ ਵਹ ਕੋਏ ਇਸ ਉੱਚੇ ਕੋ ਜਾਣੇ ਸੋਈ ਪਾਪ ਜਿਹੜਾ ਪ੍ਰਭੂ ਪਰਮਾਤਮਾ ਵੈਗੁਰਜੀ ਵਰਗਾ ਉੱਚਾ ਕੋ ਗਿਆ ਉਹੀ ਦੱਸ ਸਕਦਾ ਹੈ ਕਿ ਪ੍ਰਭੂ ਪਰਮਾਤਮਾ ਕਿੱਡਾ ਵੱਡਾ ਹੈ ਪਰ ਹਕੀਕਤ ਹੈ ਜਿੰਨਾ ਭਗਤੀ ਕਰਨ ਵਾਲੀਆਂ ਨੇ ਨਾਮ ਜਪਣ ਵਾਲੀਆਂ ਨੇ ਪਰਮਾਤਮਾ ਦੀ ਬੰਦਗੀ ਕੀਤੀ ਉਹਨਾਂ ਨੇ ਪਰਮਾਤਮਾ ਦੇ ਵਿੱਚ ਅਭੇਦਤਾ ਤੇ ਕੈਮ ਕਰ ਲਈ ਪਰ ਉਹਨਾਂ ਨੇ ਦੱਸਿਆ ਨਹੀਂ ਪਰਮਾਤਮਾ ਕਿੱਡਾ ਕਿ ਵੱਡਾ ਹੈ ਕਿਉਂਕਿ ਜ਼ਿੰਦਗੀ ਦਾ ਮਨੋਰਥ ਇਹ ਨਹੀਂ ਹੈ ਕਿ ਪਰਮਾਤਮਾ ਕਿੰਨਾ ਕੁ ਵੱਡਾ ਹੈ ਜਿੰਦਗੀ ਦਾ ਜਿਹੜਾ ਮਨੋਰਥ ਹੈ ਉਹ ਪਰਮਾਤਮਾ ਦੇ ਵਿੱਚ ਅਪੇਧ ਹੋ ਜਾਣਾ ਸੁਕਰਾਤ ਦਰਿਆ ਦੇ ਕੰਡੇ ਦੇ ਉੱਤੇ ਘੁੰਮ ਰਿਹਾ ਸੀ ਦਰਿਆ ਦੇ ਕੰਡੇ ਦੇ ਉੱਤੇ ਘੁੰਮਦਾ ਹੋਇਆ ਉਹਨੇ ਕੀ ਵੇਖਿਆ ਕਿ ਇੱਕ ਬੱਚਾ ਜਿਹਦੇ ਹੱਥ ਦੇ ਵਿੱਚ ਛੋਟਾ ਜਿਹਾ ਭਾਂਡਾ ਕਹਿ ਦਈਏ ਕੁਝਾ ਕਹਿ ਦਈਏ ਉਹਦੇ ਹੱਥ ਦੇ ਵਿੱਚ ਪਕੜਿਆ ਸੀ ਉਸ ਕੁਝੇ ਦੇ ਅੰਦਰ ਉਸ ਭਾਂਡੇ ਦੇ ਅੰਦਰ ਉਹ बार-बार ਇੱਕ ਯਤਨ ਕਰ ਰਿਹਾ ਸੀ ਪਾਣੀ ਭਰਨ ਦਾ ਪਾਣੀ ਭਰਦਾ ਹੈ ਫਿਰ ਢੋੜ ਦਿੰਦਾ ਹੈ ਪਾਣੀ ਭਰਦਾ ਹੈ ਫਿਰ ਢੋੜ ਦਿੰਦਾ ਹੈ ਸੋਕਰਾਟ ਉਸ ਬੱਚੇ ਨੂੰ ਜਾ ਕੇ ਪੁੱਛਦਾ ਏ ਤੇ ਪੁੱਛਣ ਤੋਂ ਬਾਅਦ ਉਹ ਬੱਚਾ ਜਵਾਬ ਦਿੰਦਾ ਏ ਕਿ ਮੈਂ ਇਸ ਕੁਜੇ ਦੇ ਅੰਦਰ ਪਾਣੀ ਭਰਨ ਦਾ ਯਤਨ ਕਰ ਰਿਹਾ ਜਦੋਂ ਸੋਕਰਾਟ ਨੇ ਪੁੱਛਿਆ ਨਾ ਕਿ ਪੁੱਤਰ ਕੀ ਕਰ ਰਿਹਾ ਏ ਤੇ ਉਹਨੇ ਜਵਾਬ ਦਿੱਤਾ ਕਿ ਮੈਂ ਇਸ ਕੁਜੇ ਦੇ ਅੰਦਰ ਇਸ ਭਾਂਡੇ ਦੇ ਅੰਦਰ ਪਾਣੀ ਭਰਨ ਦਾ ਯਤਨ ਕਰ ਰਿਹਾ ਕਾ ਇਸ ਸਮੁੰਦਰ ਨੂੰ ਭਰਨ ਦਾ ਯਤਨ ਕਰ ਰਿਹਾ ਕਾ ਤੇ ਸੋਕਰਾਟ ਆਖਦਾ ਪੁੱਤਰ ਤੇਰਾ ਭਾਂਡਾ ਛੋਟਾ ਏ ਸਮੁੰਦਰ ਬੜਾ ਵੱਡਾ ਕਾ ਉਸ ਬੱਚੇ ਨੇ ਕੁਝ ਕਡੀਆਂ ਸੋਚਿਆ ਕੁਝ ਕਡੀਆਂ ਸੋਚਣ ਤੋਂ ਬਾਅਦ ਜਿਹੜਾ ਭਾਂਡਾ ਸੀ ਉਸ ਸਮੁੰਦਰ ਦੇ ਵਿੱਚ ਚਲਾ ਕੇ ਮਾਰਿਆ ਤੇ ਜਵਾਬ ਦਿੱਤਾ ਜੇ ਮੇਰੇ ਭਾਂਡੇ ਦੇ ਅੰਦਰ ਸਮੁੰਦਰ ਨਹੀਂ ਆ ਸਕਦਾ ਪਰ ਸਮੁੰਦਰ ਦੇ ਅੰਦਰ ਤੇ ਮੇਰਾ ਭਾਂਡਾ ਸਮਾਈ ਸਕਦਾ ਹੈ ਨਾ ਸਾਹਿਬ ਗੁਰਦੇਵ ਮਹਾਰਾਜ ਜੀ ਰਹਿਮਤ ਕਰਨ ਜਿਨ੍ਹਾਂ ਬੰਦਗੀ ਕਰਨ ਵਾਲਿਆਂ ਨੇ ਭਗਤੀ ਕੀਤੀ ਉਹਨਾਂ ਨੇ ਪਰਮਾਤਮਾ ਦਾ ਅੰਤ ਨਹੀਂ ਪਾਇਆ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਗਏ ਐਸੇ ਲੀਨ ਹੋ ਗਏ ਗੁਰ ਕਿਰਪਾ ਜੈ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਦੇਖੋ ਕਿੱਡੀ ਵੱਡੀ ਸਮਰਥਾ ਮੇਰੇ ਮਾਲਕ ਜੀ ਨੇ ਬਖਸ਼ੀ ਹੈ ਕਿੰਨਾ ਵੱਡਾ ਸਾਨੂੰ ਮੇਰੇ ਪਾਤਸ਼ਾਹ ਜੀ ਨੇ ਇਹ ਗਿਆਨ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਇੱਕ ਪਾਣੀ ਦਾ ਕਿਣਕਾ ਵੀ ਜੇਕਰ ਆਪਣੀ ਹਸਤੀ ਨੂੰ ਤਿਆਗ ਕੇ ਸਮੁੰਦਰ ਦੇ ਵਿੱਚ ਪੈ ਜਾਂਦਾ ਹੈ ਤੇ ਜਿੱਡੀ ਵੱਡੀ ਵਿਸ਼ਾਲਤਾ ਜਿੱਡਾ ਵੱਡਾ ਸਮੁੰਦਰਕ ਹੈ ਉਤਨੀ ਵੱਡੀ ਉਹ ਪਾਣੀ ਦੀ ਬੂੰਦ ਹੋ ਜਾਂਦੀ ਹੈ ਤੇ ਸੱਚ ਜਾਣਿਓ ਗੁਰਮੁਖ ਪਿਆਰਿਓ ਦੁਨੀਆ ਦੀ ਕੋਈ ਤਾਕਤ ਦੁਨੀਆ ਦੀ ਕੋਈ ਸਾਇੰਸ ਅੱਜ ਤੱਕ ਉਸ ਬੂੰਦ ਦੇ ਜੇਕਰ ਕੋਈ ਬੂੰਦ ਦਰਿਆ ਦੇ ਵਿੱਚ ਪਾ ਦੇਵੇ ਤੇ ਦੁਨੀਆਂ ਦੇ ਅੰਦਰ ਕੋਈ ਐਸੀ ਸਾਇੰਸ ਨਹੀਂ ਬਣੀ ਜਿਹੜੀ ਉਸੇ ਬੂੰਦ ਨੂੰ ਉਸ ਦਰਿਆ ਦੇ ਨਾਲੋਂ ਫਿਰ ਵੱਖਰਾ ਕਰ ਦਵੇ ਕਹਿਣ ਤੋਂ ਭਾਵ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪ੍ਰੀਤ ਪਾਲ ਲਈ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਚੋਰੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪ੍ਰੀਤ ਪਾਲ ਲਈ ਭਾਈ ਮੰਨੀ ਸਿੰਘ ਜੀ ਵਰਗੇ ਉਹ ਬੰਦ ਬੰਦ ਤੇ ਕਟਾ ਸਕਦੇ ਨੇ ਬਾਬਾ ਦੀਪ ਸਿੰਘ ਜੀ ਵਰਗੇ ਖੋਪਰੀ ਤੇ ਲਵਾ ਸਕਦੇ ਨੇ ਪਰ ਸੱਚ ਜਾਣਿਓ ਉਹ ਆਪਣੇ ਪ੍ਰਭੂ ਪਿਆਰੇ ਨੂੰ ਆਪਣੇ ਗੁਰੂ ਨੂੰ ਕਦੀ ਪਿੱਠ ਨਹੀਂ ਜੇ ਦਿਖਾ ਸਕਦੇ ਕਿਉਂਕਿ ਹਜ਼ੂਰ ਦੀ ਬਾਣੀ ਆਖਦੀ ਹੈ ਸਾਚੀ ਪ੍ਰੀਤ ਕਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਮੇਰੇ ਮਾਲਕ ਜੀਓ ਅਸੀਂ ਤੁਹਾਡੇ ਨਾਲ ਪ੍ਰੀਤ ਪਾ ਕੇ ਦੁਨੀਆਂ ਦੇ ਨਾਲੋਂ ਤੋੜ ਦਿੱਤੀ ਹੈ ਤੇ ਦੁਨੀਆਂ ਦੀ ਕੋਈ ਤਾਕਤ ਵੀ ਕੋਈ ਤਾਕਤ ਵੀ ਉਹਨਾਂ ਨੂੰ ਆਪਣੇ ਪਿਆਰੇ ਤੋਂ ਮਿਲਣ ਤੋਂ ਰੋਕ ਨਹੀਂ ਸਕਦੀ ਦੁਨੀਆਂ ਦੀ ਕੋਈ ਤਾਕਤ ਨਹੀਂ ਜੇ ਰੋਕ ਸਕਦੀ ਹਾਲਾਂਕਿ ਬੜੇ ਬੜੇ ਵੱਡੇ ਲਾਲਚ ਦਿੱਤੇ ਗਏ ਬੜੇ ਬੜੇ ਵੱਡੇ ਤਸੀਹੇ ਦਿੱਤੇ ਗਏ ਕਿ ਇਹ ਸਿੱਖ ਕੌਮ ਦੇ ਅੰਦਰ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਗੁਰੂ ਦੇ ਜਜ਼ਬੇ ਦੇ ਨਾਲ ਜਿਹੜੇ ਪਿਆਰ ਕਰਨ ਵਾਲੇ ਨੇ ਇਹਨਾਂ ਨੂੰ ਗੁਰੂ ਦੇ ਨਾਲੋਂ ਤੋੜਿਆ ਜਾਵੇ ਪਰ ਫਿਰ ਵੀ ਉਹਨਾਂ ਨੇ ਆਪਾ ਕੁਰਬਾਨ ਕਰਕੇ ਇਹ ਸਾਬਤ ਕਰ ਦਿੱਤਾ ਕਿ ਮੇਰੇ ਦਾਤਾਰ ਜੀਓ ਕਿ ਇਹ ਜਿਹੜੀ ਪ੍ਰੀਤ ਹੈ ਇਹ ਦਵੱਲੀ ਪ੍ਰੀਤ ਹੈ ਜੇ ਗੁਰੂ ਸਿੱਖ ਦੇ ਨਾਲ ਪਿਆਰ ਕਰਦਾ ਹੈ ਤੇ ਸਿੱਖ ਵੀ ਗੁਰੂ ਦੇ ਨਾਲ ਪਿਆਰ ਕਰਦਾ ਕਹੇ ਖਜ਼ੂਰ ਜੀ ਆਖਦੇ ਨੇ ਕਿ ਐਸੇ ਪਰਮਪੁਰਖ ਆਪਣੇ ਅੰਦਰ ਦੀ ਹੋਮੇ ਨੂੰ ਨਾਸ ਕਰਕੇ ਆਪਣੇ ਅੰਦਰ ਦੀ ਅਗਿਆਨਤਾ ਨੂੰ ਖਤਮ ਕਰਕੇ ਪਰਮਾਤਮਾ ਦੇ ਅੰਦਰ ਆਪੇਦ ਹੋ ਜਾਂਦੇ ਨੇ ਤੇ ਉਸ ਅਪੇਦਤਾ ਨੂੰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਮੁਕਾ ਨਹੀਂ ਸਕਦੀ ਭਾਵੇਂ ਯਤਨ ਕੀਤੇ ਗਏ ਪਰ ਸੱਚ ਜਾਣਿਓ ਸਿੱਖਾਂ ਨੇ ਆਪਣੇ ਘਰ ਘਾਟ ਛੱਡ ਦਿੱਤੇ ਆਪਣੇ ਕਾਰੋਬਾਰ ਛੱਡ ਦਿੱਤੇ ਆਪਣੇ ਪਰਿਵਾਰ ਛੱਡ ਦਿੱਤੇ ਤੇ ਆਪਣੇ ਘਰਾਂ ਨੂੰ ਵਾਹਿਗੁਰੂ ਜੀ ਅਕੋੜੀਆਂ ਦੀਆਂ ਕਾਠੀਆਂ ਨੂੰ ਹੀ ਆਪਣਾ ਘਰ ਸਮਝਿਆ ਪਰ ਉਹਨਾਂ ਨੇ ਸਿੱਖੀ ਤੋਂ ਬੇਮੁਖ ਨਹੀਂ ਹੋਏ ਸਿੱਖੀ ਤੋਂ ਉਹ ਟੁੱਟੇ ਨਕੀ ਸਹਿਬ ਜੀ ਦੀ ਸਿੱਖੀ ਦੇ ਵਿੱਚ ਰਹਿ ਕੇ ਸਹਿਬ ਜੀ ਦੀ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਦੇ ਸਹਿਬ ਜੀ ਆਖਦੇ ਨੇ ਹੋ ਮੇਮਾਰ ਮਿਲਾਵਣਿਆ ਐਸੇ ਮਹਾਨ ਪੁਰਖਾਂ ਨੂੰ ਪਰਮਾਤਮਾ ਅਕਾਲ ਪੁਰਖ ਆਪਣੇ ਅੰਦਰ ਆਪੇ ਹੀਦ ਕਰ ਲੈਂਦਾ ਹੈ ਤੇ ਉਸ ਮਨੁੱਖਾ ਨੂੰ ਦੁਨੀਆ ਦੀ ਕੋਈ ਤਾਕਤ ਫਿਰ ਗੁਰੂ ਦੇ ਨਾਲੋਂ ਵੱਖਰਾ ਨਹੀਂ ਕਰ ਸਕਦੀ ਇਹ ਸਤਿਗੁਰ ਜੀ ਦੇ ਅੰਮ੍ਰਿਤਮਈ ਬਚਨ ਨੇ ਇਹ ਰਹਾਉ ਦੇ ਬੰਧ ਖੰਨ ਜਿਨ੍ਹਾਂ ਬੰਧ ਦੇ ਅੰਦਰ ਸਤਿਗੁਰ ਜੀ ਆਖਦੇ ਨੇ ਕਿ ਉਹ ਮਨੁੱਖ ਜਿਨ੍ਹਾਂ ਨੇ ਨਾਮ ਸੁਣਿਆ ਨਾਮ ਸੁਣ ਕੇ ਮਨ ਅੰਦਰ ਵਸਾਇਆ ਮੈਂ ਉਹਨਾਂ ਤੋਂ ਕੁਰਬਾਨ ਜਾਨਾਂ ਕਾ ਮੈਂ ਉਹਨਾਂ ਤੋਂ ਸੱਦ ਕੇ ਜਾਨਾਂ ਕਾ ਸੱਚਮੁੱਚ ਉਹ ਤੰਤਾ ਦੇ ਯੋਗ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸੁਣਿਆ ਕੈ ਭਾਈ ਜੈਤਾ ਜੀ ਬੇੜੀ ਚਲਾਉਂਦੇ ਨੇ ਪਰ ਸੰਗਤਾਂ ਆ ਕੇ ਬੈਠਦੀਆਂ ਨੇ ਤੇ ਦਾਤੇ ਦੇ ਗੁਣ ਗਾਉਂਦੀਆਂ ਨੇ ਤੇ ਦਾਤੇ ਦੇ ਗੁਣ ਸੁਣ ਸੁਣ ਕੇ ਕੀ ਭਾਈ ਸੈਦੇ ਦੇ ਵੀ ਮਨ ਅੰਦਰ ਚਾਹ ਪੈਦਾ ਕੋਇਆ ਕਿ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਦੇ ਕਿਤੇ ਦیدار ਕਰੀਏ ਮਾਲਕ ਕੀਤੇ ਕਿਰਪਾ ਕਰਨ ਸਾਡੇ ਮਨਾਂ ਦੇ ਅੰਦਰ ਵੀ ਚਾਹ ਪੈਦਾ ਹੋਵੇ ਸਾਡੇ ਮਨ ਦੇ ਅੰਦਰ ਵੀ ਇਹ ਖਿੱਚ ਪੈਦਾ ਹੋਵੇ ਸਾਡੇ ਅੰਦਰ ਦੀ ਵੀ ਖੋਮੇ ਜਿਹੜੀ ਹੈ ਉਹ ਨਾਸ਼ ਹੋ ਜਾਵੇ ਖਤਮ ਹੋ ਜਾਵੇ ਤਰੀ